ਮੈਂ ਕੋਈ ਫਿਊਜ ਨੀ ਗੱਡੀਆਂ ਦੇ ਲਾਉਣਾ, ਵੈਸੇ ਫਿਊਜ ਲਾਉਣਾ। ਮੈਂ 22 ਲੱਖ ਦੀ ਗੱਡੀ ਲਿਆ ਸੀਗਾ, 9 ਲੱਖ ਰੁਪਈਆ ਮੇਰਾ ਤਜਰਬੇ ਤੇ ਲੱਗ ਗਿਆ ਸੀਗਾ ਉਹਦਾ ਪ੍ਰੋਗਰਾਮ ਬਣਾਉਣ ਦਾ, ਅੱਜ ਤੱਕ ਬਣਿਆ ਨੀ। ਪੂਰੇ ਹੰਬ ਗਿਆ ਇੰਡੀਆ ਦੇ ਵਿਚ, 5 ਲੱਖ ਰੁਪਏ ਦਾ ਨਾਮ ਰੱਖਿਆ, ਹੁੰਦਾ ਹੀ ਨੀ ਪ੍ਰੋਗਰਾਮ, ਹੁੰਦਾ ਹੀ ਨੀ ਗਾ। ਇਹ ਸਿਰਫ ਮੇਰੀ ਕਾਢ ਹੈ, ਹੋਰ ਕਿਸੇ ਦੀ ਨੀ ਹੈਗੀ। ਤੂੰ ਕਹਿੰਦਾ ਬੱਚੇ ਕੈਸ਼ਤੀਆਂ ਨਾਲ ਚਲਾ ਦਿੰਦੇ, ਤੂੰ ਜੇ ਪੇ ਦਾ ਪੁੱਤ ਤੂੰ ਗੱਡੀ ਦੀ ਇੱਥੇ ਮੇਰੇ ਵਾਲੀ ਦੀ ਜਿਹੜੀ ਆ ਡੈਨਵੋ ਉਹ ਬਦਲ ਕੇ ਦਿਖਾ ਦੇ, ਜੇ ਅਸਲੀ ਪੇ ਦਾ ਪੁੱਤ ਵਾ ਆ ਜਰਮਨੀ, ਤੈਨੂੰ ਮੈਂ ਟਿਕਟ ਵੀ ਦਊਂਗਾ, ਤੈਨੂੰ ਮੈਂ 1500 ਐਰੋ ਵੀ ਇਨਾਮ ਦਊਂਗਾ ਜਦੋਂ ਇਹਦੀ ਮੇਰੀ ਗੱਡੀ ਦੀ ਦੂਸਰੀ ਬਦਲ ਦਵੇ ਡੈਨਵੋ ਜਿਹੜੀ ਆ। ਹੈਂ, ਇਹ ਸਾਡੇ ਜਿਗਰੇ ਆ ਜਿਹੜੇ ਆਪਣੇ ਆਪ ਹੀ ਕੰਮ ਕਰਦੇ ਹਾਂ ਅਸੀਂ ਇੱਥੇ ਬੈਠ ਕੇ ਏਅਰਪੋਰਟ ਦੇ ਉੱਤੇ। ਤੂੰ ਕਹੀ ਜਾਣਾ ਕਦ ਇੰਡੀਆ ਦੇ ਨਿਆਣੇ ਫਲਾਨਾ ਤੇਜ਼ ਆ, ਤੂੰ ਬੇਇੱਜ਼ਤੀ ਕਰੀ ਜਾਂਦਾ, ਫਲਾਨਾ ਸੰਗਲੀਆਂ ਖੁੱਲ ਕੇ ਅਸੀਂ ਇੱਥੇ ਆ ਜਾਂਦੇ, ਅਸੀਂ ਉੱਧਰ ਆ ਜਾਂਦੇ ਹਾਂ। ਭਾਈ ਸਾਹਿਬ ਜੀ ਆਓ, ਮੈਨੂੰ ਕੋਈ ਸ਼ੌਂਕ ਨਹੀਂ ਗਾ ਹੈਗਾ ਤੁਹਾਡੀ ਬੇਇੱਜ਼ਤੀ ਕਰਨ ਦਾ। ਜੇ ਅੰਗਰੇਜ਼ ਤੂੰ ਕਹਿੰਦਾ ਭਜਾ ਦਿੱਤੇ ਸੀ, ਜੇ ਅੰਗਰੇਜ਼ ਭਜਾ ਦਿੱਤੇ ਸੀਗੇ ਤਾਂ ਫਿਰ ਮਗਰ ਕੀ ਲੈਣਾ ਅਸੀਂ ਅੰਗਰੇਜ਼ਾਂ ਦੀ ਕੰਟਰੀ, ਫਿਰ ਕਰਨ ਕੀ ਆਇਆ ਫਿਰ ਇੰਡੀਆ ਜਾ ਕੇ ਰਹਿ। ਇੱਥੇ ਤਾਂ ਜ਼ਰੂਰਤ ਨਹੀਂ ਸੀ ਤੈਨੂੰ ਆਉਣ ਦੀ, ਅਤੇ ਇੱਕ ਤਾਂ ਅੰਗਰੇਜ਼ ਭਜਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਜੀਤ ਸ਼ੁਕਰ ਟੈਕਨੋਲੋਜੀ ਮੈਨ ਜਰਮਨੀ ਤੋਂ ਤਹਿ ਦਿਲੋਂ ਧੰਨਵਾਦ ਕਰਦਾ ਜਿੰਨੇ ਮੇਰੇ ਫੇਸਬੁੱਕ ਦੇ ਫਰੈਂਡ ਨੇ ਉਹਨਾਂ ਦਾ। ਸਭ ਤੋਂ ਪਹਿਲਾਂ ਮੈਂ ਉੱਤਰਾਖੰਡ ਵਾਲੇ ਜਿੰਨੇ ਵੀ ਬੰਦੇ ਸਰਦਾਰ ਨੇ ਰਾਮਗੜੀ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਡੀਜ਼ਲ ਪੰਪ ਦੀ ਰਿਪੇਅਰ ਕਰਦੇ ਨੇ, ਜਿਹੜਾ ਬੰਦਾ ਇੱਕ ਵਾਰੀ ਇਹਨਾਂ ਤੋਂ ਰਿਪੇਅਰ ਕਰਾ ਲੈਂਦਾ, ਦੁਬਾਰਾ ਕਿਸੇ ਵੀ ਮਕੈਨਿਕ ਦੇ ਕੋਲੋਂ ਰਿਪੇਅਰ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ, ਇਹੋ ਜਿਹੇ ਰਿਪੇਅਰ ਕਰਦੇ ਨੇ ਬੰਦੇ। ਦੂਜੇ ਨੰਬਰ ਤੇ ਕਰਦਾ ਮੈਂ ਅਲਜੀਰੀਆ ਤੋਂ ਸਰਦਾਰ ਕੁਲਦੀਪ ਸਿੰਘ ਦਾ ਧੰਨਵਾਦ। ਉਹ ਜਾਣੀ ਕਿ ਬਹੁਤ ਉਹਨਾਂ ਦੀਆਂ ਫਾਰਮਾਂ ਨੇ ਉੱਥੇ ਅਲਜੀਰੀਆ ਦੇ ਵਿੱਚ, ਬਹੁਤ ਜਾਣੀ ਕਿ ਉਹਨਾਂ ਦਾ ਕਾਰੋਬਾਰ ਅਮਰੀਕਾ ਵਿੱਚ ਵੀ ਬਹੁਤ ਜ਼ਿਆਦਾ ਆ। ਅਤੇ ਦੂਜੇ ਨੰਬਰ 'ਤੇ ਕਰਦਾ ਮੈਂ ਸਾਊਥ ਅਫਰੀਕਾ ਤੋਂ ਜੋਹਾਨਸਬਰਗ ਤੋਂ ਸਾਬੀ ਸਿੰਘ ਦਾ ਅਤੇ ਉਹਨਾਂ ਦੇ ਫਰੈਂਡਾਂ ਦਾ ਧੰਨਵਾਦ ਕਰਦਾ। ਫਿਰ ਮੈਂ ਕਰਦਾ ਆਪਣੇ ਫਰੈਂਡ ਦਾ ਬੋਨ ਤੋਂ ਗੁਰਦਿਆਲ ਸਿੰਘ ਦਾ, ਅਤੇ ਇੱਕ ਮੇਰਾ ਫਰੈਂਡ ਆ ਫਲੈਂਸਬਰਗ ਤੋਂ ਮੇਜਰ ਸਿੰਘ, ਉਹਦਾ ਧੰਨਵਾਦ ਕਰਦਾ। ਬਾਕੀ ਧੰਨਵਾਦ ਕਰਦਾ ਇੱਥੋਂ ਆਪਣੇ ਸਟੁੱਟਗੜ੍ਹ ਤੋਂ ਪੀਜ਼ਾ ਫੋਨ, ਆਪਣੇ ਸਰਦਾਰ ਮੰਗੀ ਸਿੰਘ ਦਾ ਧੰਨਵਾਦ ਕਰਦਾ ਹਾਂ, ਅਤੇ ਉਹਨਾਂ ਦਾ ਪੀਜ਼ਾ ਜਾਣੀ ਕਿ ਬਹੁਤ ਵਧੀਆ ਬਣਾ ਰਹੇ ਨੇ, ਉਹਨਾਂ ਦਾ ਬਹੁਤ ਥੈਂਕ ਯੂ ਕਰਦਾ ਜੀ। ਬਾਕੀ ਗੱਲ ਇੱਦਾਂ ਆ ਬਈ, ਮੋਦੀ ਸਾਹਿਬ ਨੂੰ ਮੈਂ ਇਹ ਕਹਿਣਾ ਚਾਹੁੰਦਾ, ਮੋਦੀ ਸਾਹਿਬ ਜਿੰਨੀਆਂ ਵੀ ਤੇਰੇ ਕੋਲੋਂ ਇੱਕ ਦੇ ਨਾਲ 0-0 ਲੱਗਦੀਆਂ, ਜਿੰਨਾ ਪੈਸਾ ਤੁਹਾਨੂੰ ਚਾਹੀਦਾ ਮੈਨੂੰ ਦੱਸ ਦੇ, ਅਤੇ ਮੈਂ ਉਨਾ ਪੈਸਾ ਇੰਡੀਆ ਨੂੰ ਦੇ ਸਕਦਾ ਇੱਕ ਸਾਲ ਦੇ ਵਿੱਚ। ਠੀਕ ਹੈ ਜੀ, ਮੈਂ ਅੱਗੇ ਵੀ ਚੈਲੰਜ ਕੀਤਾ ਸੀਗਾ ਅਤੇ ਮੈਂ ਹੁਣ ਵੀ ਚੈਲੰਜ ਕਰਦਾ ਹਾਂ। ਆਹ ਹੀ ਪਾਸਪੋਰਟ ਹੈ ਮੇਰੇ ਕੋਲ, ਮੈਂ ਇਹਦੀ ਨੈਸ਼ਨੈਲਿਟੀ ਆਪਣੀ ਜਮ੍ਹਾਂ ਕਰਾਉਣ ਨੂੰ ਤਿਆਰ ਹੈ ਐਨੀ ਟਾਈਮ ਦੇ ਉੱਤੇ, ਅਤੇ ਮੈਨੂੰ ਭਾਵੇਂ ਇੱਥੇ ਤਿਹਾੜ ਜੇਲ੍ਹ ਦੇ ਵਿੱਚ ਇੱਕ ਸਾਲ ਰੱਖ ਲਓ, ਅਤੇ ਜਦੋਂ ਪੈਸਾ ਤੁਹਾਡਾ ਪੂਰਾ ਹੋ ਗਿਆ ਹੈ ਨਾ ਜਿੰਨਾ ਤੁਹਾਨੂੰ ਚਾਹੀਦਾ, ਅਤੇ ਫਿਰ ਉਹ ਤੋਂ ਬਾਅਦ ਮੈਂ ਬਾਹਰ ਨਿਕਲ ਆਵਾਂਗਾ। ਠੀਕ ਹੈ ਜੀ, ਤੈਅ ਦਿਲੋਂ ਤੁਹਾਡਾ ਧੰਨਵਾਦ ਕਰਦਾ। ਜਿਹੜੇ ਤੁਸੀਂ ਬਾਹਰ ਆਣ ਕੇ ਸਾਡੇ NRE ਬੰਦੇ ਜਿੰਨੇ ਵੀ OC ਕਾਰਡ ਬਣਾਉਂਦੇ ਸੀਗੇ, ਪਹਿਲਾਂ ਉਹਨਾਂ ਦੇ ਸਟਿੱਕਰ ਲੱਗਦਾ ਸੀ, ਉਹ ਸਟਿੱਕਰ ਤੁਸੀਂ ਬੰਦ ਕਰਾ ਦਿੱਤਾ, ਬਹੁਤ ਤੁਹਾਡਾ ਸ਼ੁਕਰੀਆ ਜੀ। ਅਤੇ ਤੁਸੀਂ ਸਾਡੇ ਇੰਡੀਆ ਦੇ ਪ੍ਰਧਾਨ ਮੰਤਰੀ ਹੋ, ਸਾਡਾ ਇਹ ਕੰਮ ਜਾਣੀ ਕਿ ਕੀਤਾ, ਅਸੀਂ ਦੁਬਾਰਾ ਸਾਨੂੰ ਅੰਬੈਸੀ ਦੇ ਵਿੱਚ ਗੇੜੇ ਮਾਰਨ ਦੀ ਜ਼ਰੂਰਤ ਨਹੀਂ ਪੈ ਰਹੀ। ਅਤੇ ਫਿਰ ਤੁਹਾਡਾ ਧੰਨਵਾਦ ਕਰਦਾ, ਜਿਹੜਾ ਤੁਸੀਂ ਜਪਾਨ ਤੋਂ ਬੁਲਟ ਟ੍ਰੇਨ ਦਾ ਕੰਟੈਕਟ ਕੀਤਾ ਆ, ਉਹਦਾ ਥਿੰਕ ਜੋ। ਫਿਰ ਚੀਨਾ ਦੇ ਨਾਲ ਤੁਸੀਂ 100 ਬਿਲੀਅਨ ਡਾਲਰ ਦਾ ਜਿਹੜਾ ਕੰਟੈਕਟ ਕੀਤਾ ਬੁਲਟ ਟ੍ਰੇਨ ਚਲਾਉਣ ਦਾ, ਉਹਦਾ ਵੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ। ਪਹਿਲੇ ਪ੍ਰਾਈਮ ਮਿਨਿਸਟਰ ਹੋ ਜਿਹੜਾ ਤੁਸੀਂ ਐਡਾ ਐਡਾ ਕੰਮ ਕੀਤਾ, ਛੱਤੀਸਗੜ੍ਹ ਦੇ ਵਿੱਚ ਤੁਸੀਂ ਗੈਸ ਦੀ ਪੈਪ ਲਾਈਨਾਂ ਵਿਛਾਈਆਂ, ਬਿਜਲੀ ਲਿਆਂਦੀ ਹੈ, ਅਤੇ ਬਹੁਤ ਬਹੁਤ ਤੁਹਾਡਾ ਥੈਂਕ ਯੂ ਜੀ। ਅਤੇ ਹਜੇ ਵੀ ਆ UP ਦੇ ਵਿੱਚ ਦੇਖ ਲਓ, ਚਲੇ ਜਾਓ ਬਿਹਾਰ 'ਚ ਚਲੇ ਜਾਓ, ਉਹਨਾਂ ਨੂੰ ਪੁੱਛ ਲਓ ਤੁਹਾਡਾ ਪ੍ਰਧਾਨ ਮੰਤਰੀ ਕਿਹੜਾ, ਉਹ ਕਹਿੰਦੇ ਜੀ ਮਾਇਆਵਤੀ ਆ। ਫਿਰ ਕਿਸੇ ਟੀਚਰ ਨੂੰ ਪੁੱਛ ਲਓ, ਉਹ ਕਹਿੰਦੇ ਅਲਕੇਸ਼ ਯਾਦਵ, ਉਹ ਪ੍ਰਧਾਨ ਮੰਤਰੀ, ਉਹਨਾਂ ਨੂੰ ਹਜੇ ਤੱਕ ਪਤਾ ਨੀਗਾ ਅਤੇ ਸਾਡਾ ਪ੍ਰਧਾਨ ਮੰਤਰੀ ਕੌਣ ਹੈ, ਇੰਨੇ ਅਨਪੜ੍ਹ ਬੰਦੇ ਨੇ ਉੱਥੇ ਬੈਠੇ। ਅਤੇ ਬਾਕੀ ਤੁਸੀਂ ਤੁਹਾਡਾ ਜਾਣੀ ਕਿ ਜਿਹੜਾ ਕੰਮ ਹੈ ਬਹੁਤ ਠੀਕ ਹੈ ਜੀ। ਪਹਿਲੇ ਪ੍ਰਧਾਨ ਮੰਤਰੀ ਹੈ ਤੁਸੀਂ, ਜਿਨ੍ਹਾਂ ਦੇ ਕੋਲ ਆਪਣਾ ਇੱਕ ਪਲਾਟ ਹੈ ਗਾਂਧੀ ਨਗਰ ਦੇ ਵਿੱਚ, ਆਪਣੀ ਗੱਡੀ ਤੁਹਾਡੇ ਕੋਲ ਹੈ ਨੀਗੀ, ਫਿਰ ਤੁਹਾਡੇ ਕੋਲ ਬੈਂਕ ਬੈਲੈਂਸ ਹੈ ਨੀਗਾ, ਇਮਾਨਦਾਰੀ ਦੇ ਨਾਲ ਤੁਸੀਂ ਕੰਮ ਕਰ ਰਹੇ, ਸਾਨੂੰ ਪਤਾ ਆ ਤੁਸੀਂ ਬਹੁਤ ਬਹੁਤ ਕੰਮ ਕੀਤਾ ਬਾਹਰਲੀਆਂ ਸਟੇਟਾਂ ਦੇ ਵਿੱਚ, ਬਹੁਤ ਬਹੁਤ ਕੰਮ ਕੀਤਾ, ਇੰਡੀਆ ਦੀ ਇੰਡਸਟਰੀ ਇਸ ਟਾਈਮ 'ਤੇ ਵਰਲਡ ਤੋਂ ਪਹਿਲੇ ਨੰਬਰ 'ਤੇ ਜਾ ਰਹੀ ਹੈ, ਅਤੇ ਉਹ ਤੁਹਾਡਾ ਹੀ ਬਹੁਤ ਵੱਡੀ ਦੇਣ ਹੈ ਜੀ। ਅਤੇ ਹੋਰ ਜਾਣੀ ਕਿ ਮੈਂ ਤਾਂ ਇਹੀ ਚਾਹੁੰਦਾ ਵੀ ਦੁਬਾਰਾ ਵੀ ਪ੍ਰਧਾਨ ਮੰਤਰੀ ਨੈਕਸਟ ਟਾਈਮ ਵੀ ਤੁਹਾਨੂੰ ਹੀ ਆਉਣਾ ਚਾਹੀਦਾ ਆ, ਕਿਉਂਕਿ ਜਿੱਦਾਂ ਪਹਿਲਾਂ ਮਨਮੋਹਨ ਸਿੰਘ ਬਾਹਰ ਆਉਂਦਾ,
हाय मैं गरीब कंट्री का, इंडिया गरीब कंट्री का प्रधानमंत्री हूं, अमेरिका में आन के इदां रोण लगा है। जिन्नियां कंट्रियां विच तुसी गए अज तक ये नहीं कहा भी मैं गरीब कंट्री का प्रधानमंत्री हूं। एन ठीक ठाक टौर रहिंदी है, तुहाडे बंदे भी तुहानू फुल सपोर्ट करदे ने, सारे बंदे जिन्ने भी पूरी सपोर्ट कर रहे ने, बहुत बहुत तुहानू जाने के चाहुंदे आ दुबारा तुसी प्रधानमंत्री होना चाहीदा आ। ते बाकी आ जिहड़े बंदे होर इंडिया दे प्रधानमंत्री दे काबिल कुबल है कोई नहीं गे, इहदा गोल गप्पे खाण वाली कौम है, ठीक है जी। इन्हां ने प्रधानमंत्री, इन्हां नू की पता किदां बनना। दूजे नंबर उत्ते मैं गल करनी चाहुंदा, एक मुंडा आया इत्थे आस्ट्रेलिया तों, मेरे बार खिलाफ उहने वीडियो पाई है भी मैं गड्डी दे विच आ लाया घलौणे वाला गेम, इंडिया विच बच्चे बच्चे करदे इदां दीआं तिआर गल सुणो इक मेरी, तैनूं मैं दस्सां ना मैं किसे वीडियो बार खिलाफ पाई है ना पाउणा, ठीक ने। तूं अपनी फेसबुक ते मशहूरी करनी उधर कर जाके मेरा नां लै के ना कर, ठीक है कि नहीं। बाकी जे तू असली पे दा पुत हैगा तैनूं टिकट मैं इत्थों भेजदा, इत्थे आ जा मेरी गड्डी विच बह जा, आण के मैं हैंडी दे नाल इक्को कॉल करूंगा, सारे बंदे देखदे होणगे, ते जे पे दा पुत हुंदा गड्डी चों बाहर निकल के दिखा दे। जे 3 मिंट विच है ना तेरी बॉडी निकलनी है बाहर, जिदा मक्की दे दाणे हो ना खिलदे हुंदे आ इदां खिल के बाहर निकलूंगा, ठीक है कि नहीं। ये मैं गरंटी दिना तेनू, अगर ना तू खिल के निकलिया बाहर तो मैं अपने सिर आप ही वढ लूंगा इत्थे एयरपोर्ट दे उत्ते, ठीक है कि नहीं। तेनू टेक्नोलॉजी का पता की है, तुसी पीजे की इत्थे डिलीवरी करते हैं, पीजे की डिलीवरी करके तू गुजारा कर रहे हैं, फिर तू कहना पासपोर्ट इत्थे जर्मन का लै मान नहीं कर, रद्द नहीं, रद्द भी हो सकते हैं, जर्मन एक बार जिन्हों पासपोर्ट दे दिंदा रद्द नहीं हुंदा, ठीक है कि नहीं। ये कहते भुलेखा कढ दे, हाँ जे तू करवाना चाहना मैं तेनों $1,000 इनाम दिना, मेरा पासपोर्ट आन के रद्द करा, मैं आप करवाना चाहना, ठीक है कि नहीं। इन्हां ने मैं कई बार जाए कहते असी वापस नहीं लेना, तेरी 1500 रुपया तनखाह है, 400 रुपया तू रोटी पानी का खर्चा, 400 तेरे घर वाली का रोटी पानी का खर्च, 800-650 तू किराया देना, बाकी बच्चियां दे पैसे तेनू लेंदा होना स्टड दे कोलों उत्थों, सोशल सिक्योरिटी वो 200-250 मिलती होनी है भी मेरे बच्चे ने आने हैं, ठीक है ने। वो नापिया नूपिया के पैसे भी तू सेव कर लेना होना, फिर तू 150 रुपए की कोटी लियांदी आ बटाले तो, वह पाई हो 150 रुपए की कोटी लिया के वो तू वीडियो पाउन लगा है। हजे तो आस्ट्रेलिया में ठंड भी इन्नी चलो हो ही नहीं गई, आ जिगरे साढ़े आ गड्डी च बैठे कली कमीज पाई हो, सानू तो कोई ठंड नहीं गी लगती हैगी, बर्गर खा खा के फिर ठंडा ही लगनी है सानू। तू कहना मैं गड्डी विच फोटो पा लेना फलाना बह जाना, मैं गड्डी च बैठन लगा, भाई साहब जी मैं गड्डी लिया 0 किलोमीटर कढ़ाना 3 साल दे बाद, ठीक है कि नहीं। ऑडी लिया 0 किलोमीटर घर उदा ही खड़ी की, चला के नहीं देखी, जे तू गड्डिया दी गल्लां करनियां पहले गड्डी नवी लिया, ये 3-4 साल दे छकड़े लैके उहदे विच बैठ के फोटो खिचा के वीडियो मेरा नां लैके ना पा, ठीक है। तेरी हिम्मत किदां पई है वीडियो पाउण दी मेरे बार खिलाफ, मैं टेक्नोलॉजी मैं ना साइंसदान है, ठीक है कि नहीं, तेन मैं दस दिता। बाकी इंडिया वालिया नू मैं ये गल कहना, मैं कले कले बंदे नू पंजाबी नू सोने की जुत्ती पवा दूंगा, ठीक है नहीं, सोने की जुत्ती, इत्थे तक मेरा दिमाग काम करदा। ते तुसी तां 2 घंटे ओवर टाइम तुहानू कोई फार्म दे दिंदी आ वध ला लो, तुहानू चा बड़ा चढ़दा अज 2 घंटे ओवर टाइम सानू मिल गया फार्म दे विचों, हैं। फिर तू पुछदा मैनू मैं किदां आया जर्मनी दे विच, तू पोलिटिकल स्टे लई आ, भाई साहब जी मैं कोई पोलिटिकल स्टे नहीं लई, मेरे 6 ताए चाचे इंग्लैंड विच रहिंदे आ, सानू 1952 दे आए आ, पिंड मेरा पासड़ा रोड़के दे कोल, चौधरी सानू कहिंदे ने, ते 4 हैलीकाप्टर कट्ठे कोठी दे उत्ते उतर जांदे आ, ते 1962 दी पाई आ, जिहनू मर्जी पुछ ला, फोन करके पुछ ला, जे कोई पिंड पासड़े दा उहनू पुछ लई जाके, ठीक है कि नहीं। उस टाइम दे उत्ते बादल दी अपनी कोठी नहीं सीगी, 1962 सन दी पाई आ सीगी, ठीक है। मेरा चाचा जीत कंदोला इंग्लैंड विच खावड़ा MP दी सज्जी बांह सीगी, 550 बंदा असीं इंग्लैंड विच रहिंदे आ, सारे असीं मंगा लै सीगे इधर MP दे थ्रू, उहने दा भइए जिहड़े उहनां दे काम करदे उह वी इंग्लैंड च वाड़ दित्ते सीगे, ठीक है। उठ के तुसीं वीडियो ला पैंदे आ पाउण, मैं कोई फ्यूज नहीं गड्डियां दे लाउणा, वैसे फ्यूज लाउणा, मैं 22 लाख दी गड्डी लिया सीगा, 9 लाख रुपया मेरा तजर्बे ते लग गया सीगा उहदा प्रोग्राम बनाउण दा, अज तक बनिया नहीं, पूरे हंब गया इंडिया दे विच, 5 लाख रुपए दा नाम रखिया, हुंदा ही नहीं प्रोग्राम, हुंदा ही नहीं गा, ये सिर्फ मेरी काढ़ है,
ਹੋਰ ਕਿਸੇ ਦੀ ਨਹੀਂ ਹੈਗੀ। ਤੂੰ ਕਹਿੰਦਾ ਬੱਚੇ ਕੈਸ਼ਤੀਆਂ ਨਾਲ ਚਲਾ ਦਿੰਦੇ, ਤੂੰ ਜੇ ਪੇ ਦਾ ਪੁੱਤ ਆ ਤੂੰ ਗੱਡੀ ਦੀ ਇੱਥੇ ਮੇਰੇ ਵਾਲੇ ਦੀ ਜਿਹੜੀ ਆ ਡੈਨਵੋ ਉਹ ਬਦਲ ਕੇ ਦਿਖਾ ਦੇ, ਜੇ ਅਸਲੀ ਪੇ ਦਾ ਪੁੱਤ ਵਾ ਆ ਜਰਮਨੀ ਤੈਨੂੰ ਮੈਂ ਟਿਕਟ ਵੀ ਦਊਂਗਾ, ਤੈਨੂੰ ਮੈਂ 1500 ਐਰੋ ਵੀ ਇਨਾਮ ਦਊਂਗਾ ਜੇ ਤੂੰ ਇਹਦੀ ਮੇਰੀ ਗੱਡੀ ਦੀ ਦੂਸਰੀ ਬਦਲ ਦਵੇਂ ਡੈਨਵੋ ਜਿਹੜੀ ਆ। ਹੈ ਇਹ ਸਾਡੇ ਜਿਗਰੇ ਆ ਜਿਹੜੇ ਆਪਣੇ ਆਪ ਹੀ ਕੰਮ ਕਰਦੇ ਆ ਅਸੀਂ ਇੱਥੇ ਬੈਠ ਕੇ ਏਅਰਪੋਰਟ ਦੇ ਉੱਤੇ। ਤੂੰ ਕਹੀ ਜਾਣਾ ਕਦ ਇੰਡੀਆ ਦੇ ਨਿਆਣੇ ਫਲਾਨਾ ਤੇਜ਼ ਆ, ਤੂੰ ਬੇਇੱਜ਼ਤੀ ਕਰੀ ਜਾਂਦਾ, ਫਲਾਨਾ ਸੰਗਲੀਆਂ ਖੁੱਲ ਕੇ ਅਸੀਂ ਇੱਥੇ ਆ ਜਾਂਦੇ, ਅਸੀਂ ਉੱਧਰ ਆ ਜਾਂਦੇ ਹਾਂ। ਭਾਈ ਸਾਹਿਬ ਜੀ ਆਓ, ਮੈਨੂੰ ਕੋਈ ਸ਼ੌਂਕ ਨਹੀਂ ਗਾ ਹੈਗਾ ਤੁਹਾਡੀ ਬੇਇੱਜ਼ਤੀ ਕਰਨ ਦਾ। ਜੇ ਅੰਗਰੇਜ਼ ਤੂੰ ਕਹਿੰਦਾ ਭਜਾ ਦਿੱਤੇ ਸੀ, ਜੇ ਅੰਗਰੇਜ਼ ਭਜਾ ਦਿੱਤੇ ਸੀਗੇ ਤਾਂ ਫਿਰ ਮਗਰ ਕੀ ਲੈਣਾ ਅਸੀਂ ਅੰਗਰੇਜ਼ਾਂ ਦੀ ਕੰਟਰੀ, ਫਿਰ ਕਰਨ ਕੀ ਆਇਆ ਫਿਰ ਇੰਡੀਆ ਜਾ ਕੇ ਰਹਿ। ਇੱਥੇ ਤਾਂ ਜ਼ਰੂਰਤ ਨਹੀਂ ਸੀ ਤੈਨੂੰ ਆਉਣ ਦੀ, ਅਤੇ ਇੱਕ ਤਾਂ ਅੰਗਰੇਜ਼ ਭਜਾਏ, ਉਹਨਾਂ ਦੇ ਨਿਆਣੇ ਭਜਾਏ ਤੁਸੀਂ, ਫਿਰ ਉਹਨਾਂ ਦੀਆਂ ਕੰਟਰੀਆਂ ਵਿੱਚ ਮਗਰ ਆਉਂਦੇ ਆ। ਹੈਂ ਫਿਰ ਕਹਿੰਦੇ ਅਸੀਂ ਬੜੇ ਚਲਾਕ ਵਾਂ, ਕਾਹਦੀ ਚਲਾਕੀ ਆ ਇਹ। ਅੱਗੇ ਤੋਂ ਬਾਅਦ ਮੇਰੇ ਨਾਂ ਤੇ ਵੀਡੀਓ ਨਹੀਂ ਪਾਉਣੀ, ਠੀਕ ਹੈ ਕਿ ਨਹੀਂ। ਹਜੇ ਤਾਂ ਮੈਂ 3 ਵੀਡੀਓ ਪਾਈਆਂ, ਦੁਨੀਆਂ ਤਿਲਕਣ ਲੱਗੀ, ਹਜੇ ਤਾਂ ਮੈਂ ਕੋਈ ਪਾਈ ਨਹੀਂ, ਹਜੇ ਤਾਂ ਮੈਂ ਦੱਸਿਆ ਹੀ ਨਹੀਂ ਵੀ ਮੈਂ ਕੌਣ ਹਾਂ ਭਾਈ। ਹੈਂ ਹਜੇ ਤਾਂ ਮੈਂ ਚੈਲੰਜ ਹੀ ਨਹੀਂ ਕੀਤਾ ਵੀ ਮੈਂ ਕੌਣ ਵਾਂ, ਮੈਂ ਕੀ ਕਰ ਦਿੰਦਾ ਹੁਣ। ਚੌਥੀ ਵੀਡੀਓ ਦੇਖ ਲਿਓ, ਉਹਦੇ ਵਿੱਚ ਮੈਂ ਦੱਸ ਦੂੰਗਾ ਕੀ ਕਰ ਦਿੰਦਾ ਹੁੰਦਾ ਮੈਂ, ਠੀਕ ਹੈ। ਮੈਂ ਪੈਸੇ ਕਮਾਉਣੇ ਆ, ਮੇਰੇ ਕੋਈ ਲਾਲਚ ਨਹੀਂ ਪੈਸੇ ਕਮਾਉਣ ਦਾ ਇੱਥੇ। ਆ ਜਿੰਨੀ ਕੁ ਤੂੰ ਤਨਖਾਹ ਲੈਂਦਾ ਆ, 300 ਰੁਪਈਆ ਬਚਦਾ ਆ, ਇੰਨਾ ਕੁ ਤਾਂ ਮੇਰੇ ਡੋਗ ਦਾ ਖਰਚਾ ਆ ਹਫ਼ਤੇ ਦਾ, 300 ਐਰੋ ਤੈਨੂੰ ਮਹੀਨੇ ਦਾ ਬਚਦਾ, 300 ਐਰੋ ਮਹੀਨੇ ਦਾ ਮੇਰੇ ਡੋਗ ਦੇ ਬੈਸਕੋਟ ਦੇ ਮੀਟ ਹੀ ਆਉਂਦਾ। ਇੱਦਾਂ ਬੇਇੱਜ਼ਤੀ ਕਰਾ ਕੇ ਫਿਰ ਤੁਸੀਂ ਠੀਕ ਰਹਿੰਦੇ ਆ। ਬਾਕੀ ਵੀਡੀਓ ਪਾਉਣਾ ਮੈਂ ਆਪਣੇ ਦਿਮਾਗ ਨਾਲ ਪਾਉਣਾ, ਜਿੰਨੀ ਵੀ ਜਿਹੜੀ ਵੀ ਵੀਡੀਓ ਪਾਈ ਆ, ਠੀਕ ਹੈ ਕਿ ਨਹੀਂ। ਪੁਲਿਸ ਵਾਲਿਆਂ ਨੂੰ ਮੈਂ ਤਵੇ ਲਾਏ ਆ, ਠੀਕ ਹੈ। ਮੈਂ ਇੰਡੀਆ ਨੂੰ ਆਊਂਗਾ, ਇਹ ਲਲਕਾਰਾ ਮਾਰ ਕੇ ਆਊਂਗਾ, ਤੇ ਇੰਡੀਆ ਪੁਲਿਸ ਵਾਲੇ ਮੈਨੂੰ ਫੜ ਕੇ ਦੇਖ ਲੈਣ, ਤਾਂ ਜੇ ਉਹਨਾਂ ਵਿੱਚ ਹਿੰਮਤ ਹੈਗੀ ਤਾਂ ਮੈਨੂੰ ਫੜ ਲੈਣ, ਅਰੈਸਟ ਕਰ ਲੈਣ, ਠੀਕ ਹੈ ਕਿ ਨਹੀਂ। ਮੈਨੂੰ ਆਪੇ ਛੁਡਾ ਲੈਣਗੇ ਜਿਹਨੇ ਛੁਡਾਉਣਾ ਹੈ। ਮੈਂ ਕੋਈ ਡਰਦਾ ਨਹੀਂ ਗਾ, ਗਿੱਦੜ ਧਮਕੀਆਂ ਤੋਂ ਨਹੀਂ ਮੈਂ ਡਰਦਾ ਕਿਸੇ ਤੋਂ ਵੀ। ਲਲਕਾਰ ਕੇ ਆਊਂਗਾ ਠੋਕ ਕੇ ਇੰਡੀਆ ਨੂੰ, ਨਾਲ ਦੱਸ ਕੇ ਆਊਂਗਾ ਇੱਦਣ ਨੂੰ ਆਉਣਾ ਆ, ਠੀਕ ਹੈ। ਨਾਲੇ ਪੁਲਿਸ ਵਾਲੇ ਫੜ ਲੈਣ, ਮੈਨੂੰ ਉੱਥੇ ਕੋਈ ਗੱਲ ਨਹੀਂ, ਮੈਂ ਜਾਣਦਾ ਉਹਨਾਂ ਪੁਲਿਸ ਵਾਲਿਆਂ ਨੂੰ। ਮੈਂ ਇੱਕ ਥਾਣੇਦਾਰ ਦੀ ਗੱਲ ਦੱਸ ਦਿੰਦਾ, ਇੱਕ ਥਾਣੇਦਾਰ ਸੀਗਾ, ਸਕੂਟਰ ਤੇ ਆ ਰਿਹਾ ਸੀ ਆਪਣੀ ਜਨਾਨੀ ਪਿੱਛੇ ਬਹਾੜ ਕੇ, ਹੱਡਾ ਰੂੜੀ ਦੇ 10-12 ਕੁੱਤੇ ਮਗਰ ਲੱਗਾ, ਬ੍ਰੇਕਰ ਆ ਗਿਆ, ਜਨਾਨੀ ਭੜਕ ਕੇ ਥੱਲੇ ਡਿੱਗ ਪਈ, 10-12 ਕੁੱਤੇ ਜਨਾਨੀ ਨੂੰ ਪੈ ਗਏ, ਜ਼ਖਮੀ ਕਰਤਾ, ਕਿਸੇ ਨੇ ਲੱਤ ਵੱਢੀ, ਕਿਸੇ ਨੇ ਬਾਂਹ ਵੱਢੀ, ਚੰਗੀ ਜ਼ਖਮੀ ਕਰ ਦਿੱਤੀ। ਵੀ ਉਹ ਥਾਣੇ ਦਾ ਛੱਡ ਕੇ ਨੱਠ ਗਿਆ, ਇੱਕ ਪਿੱਛੋਂ ਨਿਹੰਗ ਆਉਂਦਾ ਸੀ ਸਕੂਟਰ ਦੇ ਉੱਤੇ, ਉਹਨੇ ਰੋਕਿਆ, ਪਹਿਲਾਂ ਉਹਨੇ ਜਕਾਰਾ ਛੱਡਿਆ, ਬੱਲੇ ਸੋ ਨਿਹਾਲ, ਜਦੋਂ ਕਿਹਾ ਸਤਿ ਸ੍ਰੀ ਅਕਾਲ, 2-3 ਕੁੱਤੇ ਦਾ ਉੱਦਾਂ ਹੀ ਨੱਠ ਗਏ ਆ। ਫਿਰ ਉਹਨੇ ਬਾਕੀ ਦੇ 4-5 ਉੱਦਾਂ ਬਾਰਸ਼ੀਆਂ ਦੇ ਨਾਲ ਭਜਾ ਦਿੱਤੇ ਆ। ਫਿਰ ਉਹ ਜਨਾਨੀ ਨੂੰ ਹੋਸਪਿਟਲ ਲੈ ਕੇ ਗਿਆ, ਜਨਾਨੀ ਦਾ ਇਲਾਜ ਕਰਾਇਆ, ਜਨਾਨੀ ਨੂੰ ਕਹਿੰਦਾ ਚਲੋ ਜੀ ਤੁਹਾਨੂੰ ਹੁਣ ਮੈਂ ਘਰ ਛੱਡਿਆ ਵਾ। ਉਹ ਜਨਾਨੀ ਕਹਿੰਦੀ ਸਰਦਾਰ ਜੀ ਹੁਣ ਮੈਂ ਕਿੱਥੇ ਉਹਨਾਂ ਦੇ ਘਰ ਜਾਊਂਗੀ, ਜਿਹੜਾ ਬੰਦਾ ਮੇਰੀ ਸੇਫਟੀ ਨਹੀਂ ਕਰ ਸਕਿਆ, ਮੈਂ ਉਹਦੇ ਕੀ ਜਾਣਾ, ਤੂੰ ਮੈਨੂੰ ਹੁਣ ਆਪਣੇ ਨਾਲ ਹੀ ਲੈ ਜਾ। ਹੈ ਫਿਰ ਨਿਹੰਗ ਸਾਹਿਬ ਨੇ ਉਹਦੇ ਨਾਲ ਵਿਆਹ ਵੀ ਕਰਾ ਲਿਆ, ਫਿਰ ਉਹਦੇ ਵਿੱਚ 2-3 ਨਿਆਣੇ ਜੰਮੇ। ਹੁਣ ਮੈਨੂੰ ਨਹੀਂ ਪਤਾ ਬਾਹਰ ਆਇਓ ਕਿੱਥੇ ਆਇਓ ਆ, ਕੀ ਪਤਾ ਮੈਨੂੰ ਕਿਹੜੇ ਕਿਹੜੇ ਖਰਿਆ ਕਿਹੜੇ ਕਿਹੜੇ ਬੰਦੇ ਟਿੱਚਰਾਂ ਕਰੀ ਜਾਂਦੇ, ਮੈਨੂੰ ਤਾਂ ਲੱਗਦਾ ਉਹਨਾਂ 'ਚੋਂ ਕੋਈ ਕਰੀ ਜਾਂਦੇ, ਗਲਤ ਮੈਸੇਜ ਛੱਡੀ ਜਾਂਦੇ ਆ। ਫਿਰ ਮੈਨੂੰ ਮੈਸੇਜ ਕਰਦੇ ਆ ਬੰਦੇ ਗਲਤ, ਅਤੇ ਮੇਰੇ ਫਰੈਂਡ ਕਹਿੰਦੇ ਨੇ ਭਾਈ ਤੈਨੂੰ ਮੈਸੇਜ ਕੀਤਾ ਇਹਨੇ ਗਲਤ। ਭਾਈ ਸਾਹਿਬ ਤੁਸੀਂ ਉਹਨਾਂ ਨੂੰ ਜਵਾਬ ਦਿਓ, ਉਹਨਾਂ ਦਾ ਟੈਲੀਫੋਨ ਲਵੋ, ਉਹਨਾਂ ਦੇ ਫਿਰੋ 76 ਜਿੰਨਾ ਖਰਚਾ ਆਉਂਦਾ, 10,000-15,000 ਜਿੰਨਾ ਵੀ ਆਉਂਦਾ ਮੈਨੂੰ ਦੱਸੋ, ਮੈਂ ਦਿੰਦਾ, ਲਾਈਵ ਵੀਡੀਓ ਬਣਾ ਕੇ ਭੇਜ ਦਿਆ ਕਰੋ। ਜਿਹੜੇ ਬਦਤਮੀਜ਼ੀ ਕਰਦੇ, ਬਦਤਮੀਜ਼ੀ ਮੈਂ ਹੁਣ ਨਹੀਂ ਦੇਣੀ, ਨਾ ਮੈਂ ਕਿਸੇ ਕਰਦਾ, ਨਾ ਮੈਂ ਕਰਾਉਣਾ, ਨਾ ਮੈਂ ਕਿਸੇ ਨੂੰ ਕਹਿਣਾ ਗਲਤ, ਠੀਕ ਹੈ ਕਿ ਨਹੀਂ। ਜਿਹੜਾ ਮੇਰੇ ਬਦਤਮੀਜ਼ੀ ਕਰੂ ਮੈਂ 3-4 ਗੁਣਾ ਵੱਧ ਕਰੂੰਗਾ, ਠੀਕ ਹੈ। ਹਜੇ 3-4 ਵੀਡੀਓ ਦੇ ਨਾਲੇ ਭੜਕ ਗਏ ਹਾਂ, ਹਜੇ ਤਾਂ ਮੈਂ ਕੱਢਣੀਆਂ ਬਹੁਤ ਕੱਢਣੀਆਂ, ਕੱਢੂੰਗਾ, ਕੱਢਦਾ ਹੀ ਰਹੂੰਗਾ। ਹੋਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਕੋਈ ਗਲਤੀ ਹੋਵੇ ਤਾਂ ਮਾਫ਼ ਕਰਨਾ, ਤਹਿ ਦਿਲੋਂ ਧੰਨਵਾਦ ਕਰਦਾ ਸਾਰੇ ਫੇਸਬੁੱਕ ਫਰੈਂਡ ਦਾ, ਸਾਊਦੀ ਅਰਬ ਵਾਲਿਆਂ ਦਾ ਖਾਸ ਹੈ, ਦੁਬਈ, ਕਤਰ, ਦੋਹਾ, ਮਾਸਕਟ ਦਾ, ਇਟਲੀ ਦਾ, ਤਾਰੀ ਬੋਰਜੀਏ ਦਾ, ਥੈਂਕ ਯੂ, ਧੰਨਵਾਦ ਬਹੁਤ ਬਹੁਤ ਜਾਣੀ ਕੇ ਕਰਦਾ। ਇੰਗਲੈਂਡ ਦਾ ਬਹੁਤ ਬੰਦਿਆਂ ਦਾ ਧੰਨਵਾਦ ਕਰਦਾ, ਇੰਗਲੈਂਡ ਮੇਰੀ ਸੱਜੀ ਬਾਂਹ ਆ, ਠੀਕ ਹੈ ਕਿ ਨਹੀਂ, ਸੱਜੀ ਬਾਂਹ ਆ ਇੰਗਲੈਂਡ ਮੇਰੀ। ਓਕੇ, ਬਾਏ ਬਾਏ। ਨੈਕਸਟ ਵੀਡੀਓ ਆ ਰਹੀ ਆ ਕਨੇਡਾ ਵਾਸਤੇ, ਮੇਰੇ ਰਿਸ਼ਤੇਦਾਰ ਕਨੇਡਾ 'ਚ ਕਿੱਦਾਂ ਗਏ, ਕਿੱਦਾਂ ਸੈੱਟ ਹੋਇਆ, ਐਨ ਪਾਊਂਗਾ, ਤਸੱਲੀ ਕਰਾਊਂਗਾ।